ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਜੀ ਪਿਆਜ਼ ਦੇ ਬਾਜ਼ਾਰ ਦੀ, ਕਿੰਨਾ ਰੇਟ ਜਿਹੜਾ ਵਾ ਪਿਆਜ਼ ਦਾ ਚੱਲ ਰਿਹਾ ਅਤੇ ਅੱਗੇ ਵਧੂਗਾ, ਕਿੰਨੀ ਕੁ ਡਿਮਾਂਡ ਜਿਹੜੀ ਆ ਪਿਆਜ਼ ਦੀ ਜਿਹੜੀ ਆ ਉਹ ਚੱਲ ਰਹੀ ਆ, ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਤੁਹਾਨੂੰ ਦੇਵਾਂਗੇ। ਜੇ ਤੁਸੀਂ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਅਤੇ ਬੈਲ ਵਾਲਾ ਬਟਨ ਨਾਲ ਜ਼ਰੂਰ ਦਬਾ ਲਿਓ। ਸੋ ਪਿਆਜ਼ ਦੀ ਡਿਮਾਂਡ ਦੀ ਗੱਲ ਕਰ ਲਈਏ ਤਾਂ ਪਿਆਜ਼ ਦੀ ਡਿਮਾਂਡ ਇਸ ਵਕਤ ਬਹੁਤ ਜ਼ਿਆਦਾ ਜਿਹੜੀ ਆ ਉਹ ਚੱਲ ਰਹੀ ਆ। ਸੋ ਸੈਂਟਰ ਸਰਕਾਰ ਵੱਲੋਂ ਜਿਹੜੇ ਪਿਆਜ਼ ਆ ਬਾਹਰੋਂ ਵੀ ਜਿਹੜੇ ਮੰਗਾਏ ਗਏ ਅਫਗਾਨਿਸਤਾਨ ਤੋਂ, 300 ਜਿਹੜਾ ਟਰੱਕ ਆ ਉਹ ਪਿਆਜ਼ ਦਾ ਜਿਹੜਾ ਮੰਗਾਇਆ ਗਿਆ ਵਾ, ਫਿਰ ਵੀ ਜਿਹੜੇ ਰੇਟ ਪਿਆਜ਼ ਦੇ ਜਿਹੜੇ ਆ ਉਹ ਤੇਜ਼ ਆ, ਕਿਉਂਕਿ 300 ਟਰੱਕ ਨਾਲ ਕੋਈ ਬਹੁਤਾ ਵੱਡਾ ਫਰਕ ਇੰਡੀਆ ਨੂੰ ਨਹੀਂ ਪੈਂਦਾ, ਕਿਉਂਕਿ ਜਿਹੜੀ ਆ ਪਿਆਜ਼ ਦੀ ਇੱਕ ਦਿਨ ਦੀ ਖਪਤ ਆ ਇੰਡੀਆ ਦੀ 2.5 ਤੋਂ 3 ਹਜ਼ਾਰ ਟਰੱਕ ਦੀ ਖਪਤ ਜਿਹੜੀ ਆ ਉਹ ਪਿਆਜ਼ ਦੀ ਹੈਗੀ ਆ। ਸੋ ਜ਼ਿਆਦਾ ਪਿਆਜ਼ ਜਿਹੜਾ MP, ਰਾਜਸਥਾਨ, ਮਹਾਰਾਸ਼ਟਰ ਅਤੇ ਨਾਸਿਕ ਤੋਂ ਆ ਰਿਹਾ ਵਾ, ਅਤੇ ਜਿਹਦੇ ਵਿੱਚ MP ਅਤੇ ਜਿਹੜਾ ਵਾ ਨਾਸਿਕ ਵਾਲਾ ਗੰਢਾ ਇਹਦਾ ਰੇਟ ਜ਼ਿਆਦਾ ਵਾ। MP ਅਤੇ ਨਾਸਿਕ ਵਾਲੇ ਗੰਢੇ 'ਚ ਜ਼ਿਆਦਾ ਫਰਕ ਨਹੀਂ ਹੁੰਦਾ, ਪਰ ਕੁਆਲਿਟੀ ਵਾਈਜ਼ ਜਿਹੜਾ ਵਾ ਸਭ ਤੋਂ ਵਧੀਆ ਨਾਸਿਕ ਦਾ ਗੰਢਾ ਹੁੰਦਾ। ਸੋ ਉਹਦਾ ਨਾਸਿਕ ਵਾਲੇ ਗੰਢੇ ਦਾ ਜਿਹੜਾ ਰੇਟ ਆ ਉਹ 35 ਤੋਂ 36 ਰੁਪਏ ਚੱਲ ਰਿਹਾ ਵਾ, ਅਤੇ ਜਿਹੜਾ ਹੈਗਾ ਵਾ MP ਦਾ ਉਹ ਜਿਹੜਾ 2 ਕੁ ਰੁਪਏ ਸਸਤਾ ਵਾ। ਸੋ ਜੇ ਬਾਕੀ ਹੋਰ ਕੁਆਲਿਟੀਆਂ ਦੀ ਗੱਲ ਕਰ ਲਈਏ ਤਾਂ ਘੱਟ ਤੋਂ ਘੱਟ 25 ਰੁਪਏ ਅਤੇ ਵੱਧ ਤੋਂ ਵੱਧ 36 ਰੁਪਏ ਜਿਹੜਾ ਰੇਟ ਉਹ ਪਿਆਜ਼ ਦਾ ਚੱਲ ਰਿਹਾ। ਸੋ ਧੰਨਵਾਦ ਜੀ।